ਆਪਾਂ ਜਿਹੜੀਆਂ ਗੱਲਾਂ ਕੀਤੀਆਂ ਸੀ ਉਹ 'ਤੇ ਗੌਰ ਕੀਤਾ। ਮਾਤਾ ਜੀ ਤਾਂ ਠੀਕ ਹੋ ਜਾਣਗੇ, ਉਹ ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਇਹਨਾਂ ਨੂੰ ਇਹਨਾਂ ਤੋਂ ਵੀ ਜ਼ਿਆਦਾ ਜ਼ਰੂਰੀ ਜਿਹੜੀਆਂ ਗੱਲਾਂ ਆਪਾਂ ਉਸ ਦਿਨ ਕੀਤੀਆਂ ਸੀ ਉਹ ਜ਼ਿਆਦਾ ਜ਼ਰੂਰੀ ਨੇ ਕਿ ਨਹੀਂ? ਫਿਰ ਹੁਣ ਕੌਣ ਜਾਊਗਾ ਤੁਹਾਡੇ ਨਾਲ? ਅੱਛਾ, ਚੱਕਦਿਆ ਕਰੋ ਨਾ ਇੱਥੋਂ। ਤੁਹਾਡੀ ਕੋਈ ਕਜ਼ਨ ਸਿਸਟਰ ਹੈ ਨਹੀਂ? ਕਿੱਥੇ ਬ੍ਰਦਰ, ਕਿੱਥੇ ਤੁਹਾਡਾ? ਸਤਿ ਸ਼੍ਰੀ ਅਕਾਲ ਬੇਟਾ, ਕੀ ਹਾਲ ਹੈ ਤੇਰਾ? ਕੀ ਨਾਮ ਹੈ ਤੇਰਾ? ਗੁਰਜੋਤ। ਸੁਖਜੋਤ, ਅੱਛਾ। ਸਭ ਤੋਂ ਜ਼ਿਆਦਾ ਤੁਸੀਂ ਮਤਲਬ ਨੇੜੇ ਸੀ ਇਹਨਾਂ ਦੇ? ਅੱਛਾ ਅੱਛਾ ਅੱਛਾ। ਹੁਣ ਅਸੀਂ ਇਹਨਾਂ ਨੂੰ ਐਡਮਿਟ ਕਰਾਉਣ ਲੱਗੇ ਹਾਂ, ਜੋ ਵੀ ਖਰਚੇ ਦੀ ਜ਼ਿੰਮੇਵਾਰੀ ਹੋਈ ਉਹ ਸਾਰੀ ਸਾਡੀ, ਪਰ ਜਿਹੜੀ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਹੈ ਉਹ ਤੁਹਾਡੀ ਸਾਰਿਆਂ ਦੀ ਹੈ, ਕਿਉਂਕਿ ਜੋ ਘਰ ਦੇ ਹਾਲਾਤ ਨੇ ਮੈਨੂੰ ਉਮੀਦ ਨਹੀਂ ਸੀ। ਮੈਨੂੰ ਦੱਸਿਆ ਬਾਈ ਨੇ, ਕਿਹੜੀ ਫਲੈਸ਼ ਸੀਗੀ ਉਹ? ਫਲੈਸ਼ ਟੁੱਟ ਗਈ ਇਹਨਾਂ ਦੀ, ਉਹ ਸੀਟਾਂ ਸੁੱਟਾਂ ਮੰਗਵਾਤੀਆਂ। ਅੱਛਾ, ਸਮਾਨ ਮੰਗਵਾਤਾ ਜੀ ਕੱਲ ਇਹਨਾਂ ਨੂੰ, ਬਾਕੀ ਸੀਮਟ ਦਾ ਕੰਮ ਬਾਹਰੋਂ ਖਲਾਤਾ ਜੀ ਸਾਰਾ। ਅੱਛਾ ਅੱਛਾ ਅੱਛਾ। ਇਹ ਰਹਿੰਦੇ ਕਿੱਥੇ ਸੀਗੇ? ਇੱਥੇ ਰਹਿੰਦੇ। ਅੱਛਾ, ਆਹ ਪਾਪਾ ਦੀ ਫੋਟੋ ਇਹਨਾਂ ਦੇ? ਅੱਛਾ, ਇਹ ਇਹਨਾਂ ਦੇ ਪਾਪਾ? ਇਹ ਕੌਣ ਹੈ, ਇਹ ਕੌਣ ਹੈ ਬੇਟਾ? ਅੱਛਾ, ਤੇ ਤੁਹਾਡੇ ਤਾਇਆ ਜੀ ਕਿੰਨੇ ਚਾਚੇ ਤਾਏ ਇਹਨਾਂ ਦੇ? ਚਾਚੇ ਤਾਏ ਕਿੰਨੇ ਨੇ? ਹੁਣ ਇਹਨਾਂ ਦੀ ਕੋਈ ਰਿਸ਼ਤੇਦਾਰੀ ਹੈਗਾ ਜਿਹੜਾ? ਅੱਛਾ, 2019 ਚ ਐਕਸਪਾਇਰ ਹੋ ਗਏ ਸੀ। ਇਹ ਕੀ ਕੰਮ ਕਰਦੇ ਸੀ? ਅੱਛਾ ਅੱਛਾ, ਤੇ ਰਹਿ ਕਦੋਂ ਰਹੇ ਨੇ ਮਹੱਲੇ ਚ, ਕਦੋਂ ਤੋਂ ਰਹਿ ਰਹੇ ਨੇ ਇੱਥੇ? ਕਾਫੀ ਦੇਰ ਦੇ ਰਹਿ ਰਹੇ ਸਰ। ਕਿੰਨੇ ਸਾਲ ਹੋ ਗਏ? ਅਪਰੋਕਸ 10 ਸਾਲ ਹੋ ਗਏ। ਅੱਛਾ, ਲਿਓ ਐਂਬੂਲੈਂਸ ਲਿਓ, ਧਿਆਨ ਰੱਖੀ ਮੰਮੀ ਦਾ, ਠੀਕ ਹੈ? ਹੋ ਜਾਣਾ ਠੀਕ, ਪੜ੍ਹਾਈ 'ਚ ਧਿਆਨ ਦੇਣਾ ਤਾਂ ਮੰਮੀ ਦਾ ਧਿਆਨ ਰੱਖਣਾ। ਦੇਖੋ ਜਿਹੜੀ ਵੱਡੀ ਗੱਲ ਆਪਣੀ ਫਿਰ ਰਹਿ ਗਈ ਕਿ ਹੁਣ ਇਹ ਆਪਾਂ ਐਡਮਿਟ ਕਰਾ ਦਿੰਦੇ ਹਾਂ, ਇਹ ਬੱਚਾ ਨਾਲ ਰਹੇਗਾ ਜਿਹੜਾ ਇਹਨਾਂ ਦਾ ਬੇਟਾ ਹੈ ਨਾ ਵੱਡਾ, ਪਰ ਇਸ ਤੋਂ ਵੱਡੀ ਜ਼ਿੰਮੇਵਾਰੀ ਇੱਕ ਤਾਂ ਤੁਸੀਂ ਹਸਪੀਟਲ ਜਾਂਦੇ ਰਹੋ। ਨਹੀਂ, ਉਹ ਜਾਂਦੇ ਰਹਾਂਗੇ ਸਰ, ਅਸੀਂ ਇੱਕ ਰੂਟੀਨ ਬਣਾ ਲੈਣੀ ਹੈ, ਰੋਜ਼ ਇੱਕ ਦੋ ਪਰਸਨ ਜਾ ਕੇ ਇਹਨਾਂ ਨੂੰ ਹਸਪੀਟਲ ਇਹ, ਕਿਉਂਕਿ ਇਸ ਤੋਂ ਵੱਡੀ ਸੇਵਾ ਤਾਂ ਕੋਈ ਹੋਰ ਹੈ ਨਹੀਂ ਇਸ ਟਾਈਮ। ਸਭ ਤੋਂ ਵੱਡੀ ਸੇਵਾ ਇਹੀ ਹੈ ਕਿ ਚਲੋ, ਹਾਂ, ਕਿਉਂਕਿ ਘਰ ਦੇ ਜੋ ਔਲਾਦ ਨੇ ਉਹ ਜ਼ਿਆਦਾ ਹੀ ਮੰਦੇ ਨੇ, ਪਰ ਮੈਂ ਚਲੋ ਧੰਨਵਾਦੀ ਹਾਂ ਕਿ ਤੁਸੀਂ ਟਾਈਮ ਸਿਰ ਜਿਹੜੀ ਇਹਨਾਂ ਨੂੰ ਹੈਲਪ ਲਈ ਤੁਸੀਂ ਆ ਗਏ ਹੋ। ਇਹ ਦੱਸਿਆ ਨਹੀਂ ਇਹਨੇ ਸਾਨੂੰ, ਜਦੋਂ ਪਤਾ ਲੱਗਿਆ ਉਦੋਂ ਹੀ ਇਕੱਠੇ ਹੋ ਗਿਆ ਸੀ। ਇਹ ਵੈਸੇ ਘਰ ਦੇ ਅੰਦਰ ਸਭ ਤੋਂ ਪਹਿਲੀ ਵਾਰੀ ਤੁਸੀਂ ਕਦੋਂ ਆਏ ਸੀ? ਪਰਸੋਂ ਹੀ ਸਾਨੂੰ ਪਤਾ ਲੱਗਿਆ, 6 ਵਜੇ ਰਾਤ ਨੂੰ ਅਸਲੀ ਪਰਸੋਂ ਹੀ ਪਤਾ ਲੱਗਿਆ। ਇਹ ਆਪ ਦੱਸਿਆ ਸੀ ਇਹਨੇ? ਸਾਰਿਆਂ ਨੂੰ ਪਤਾ ਕੀ ਹੈ, ਮੰਮੀ ਬਾਰੇ ਪੁੱਛਦਾ ਸੀ ਤੇ ਠੀਕ ਹੈ ਜੀ, ਥੋੜੇ ਬਿਮਾਰ ਨੇ, ਠੀਕ ਹੈ ਜੀ। ਬੇਟਾ ਤੂੰ ਸ਼ੇਅਰ ਕਿਉਂ ਨਹੀਂ ਕੀਤਾ ਕਦੀ ਘਰ ਦੇ? ਇਹ ਲੰਘ ਜਾਂਦਾ ਸੀ ਗਲੀ ਚੋਂ ਆਪਣਾ ਘਰ, ਥੋੜਾ ਅੱਗੇ ਪੌੜੀਆਂ ਦੇਖ ਲਓ, ਕੋਈ ਜਿਵੇਂ ਚੜ੍ਹਿਆ ਹੀ ਨਹੀਂ ਹੁੰਦਾ। ਉਹ ਹੀ ਦੇਖ ਰਹੇ ਕਿ ਅੰਦਰੋਂ ਘਰ ਦੇ ਹਾਲਾਤ ਤਾਂ ਇਦਾਂ ਲੱਗ ਰਹੇ ਕਿ ਜਿਵੇਂ ਲੰਘ ਜਾਂਦੇ। ਫਿਰ ਮੈਂ ਰੋਕਿਆ ਅੱਧਾ ਘੰਟਾ, ਮੈਂ ਇਹਨੂੰ ਖੜਾਇਆ, ਮੈਂ ਸਾਰੀ ਗੱਲ ਮੈਨੂੰ ਡਿਟੇਲ 'ਚ ਦੱਸ। ਜਦੋਂ ਇਹਨੇ ਮੈਨੂੰ ਡਿਟੇਲ 'ਚ ਦੱਸੀ ਤਾਂ ਉਦੋਂ ਬਾਅਦ ਮੈਂ ਐਕਸ਼ਨ 'ਚ ਆ ਗਿਆ, ਉਹ ਸ਼ਾਮ ਤੁਹਾਡੇ ਕੋਲ ਚਲੇ ਗਏ। ਬੇਟਾ ਸ਼ੇਅਰ ਕਿਉਂ ਨਹੀਂ ਕੀਤੀ ਆਪਾਂ ਕਦੀ ਗੱਲ? ਤੇਰੇ ਇੰਨਾ ਵਧੀਆ ਆਪਣੇ ਆਪ ਨੂੰ ਥੋੜਾ ਜਿਹਾ ਮਹਿਸੂਸ ਕਰ ਗਿਆ, ਜਾਣਗੇ ਮੇਰੀ ਮੰਮੀ, ਦੇਖਣਗੇ ਉੱਥੇ ਲੈਟਰਿੰਗ ਵਗੈਰਾ ਖੁੱਲੀ ਡੂਲੀ ਪਈ ਰਹਿੰਦੀ। ਮੈਂ ਗੁਆਂਢੀ ਰੋਜ਼ ਪੁੱਛਦੀ ਬੇਟਾ ਮੰਮਾ ਕਿਸ ਤਰ੍ਹਾਂ, ਕਹਿੰਦੇ ਠੀਕ। ਪਰਸੋਂ ਮੈਂ ਕਿਹਾ ਮੈਂ ਚੱਲ ਮਿਲ ਕੇ ਬਣਾ ਲੈਂਗੇ, ਜਾਗਦੇ ਪਏ ਇਸ ਘਰ ਦੇ ਵਿੱਚ। ਮਤਲਬ ਤੁਹਾਡੇ ਕੋਈ ਵੀ ਨਹੀਂ ਆਇਆ 6 ਮਹੀਨੇ ਤੋਂ ਪਿਛਲੇ? ਕੋਈ ਆਇਆ ਸੀ ਇਸ ਘਰ ਦੇ ਵਿੱਚ 6 ਮਹੀਨੇ ਤੋਂ? ਪਤਾ ਹੀ ਕਹਿਣਾ ਠੀਕ ਨਾ ਜੀ, ਪੈ ਨਹੀਂ ਸਾਨੂੰ ਇਹ ਪਤਾ ਸੀ ਵੀ ਥੋੜੇ ਬਹੁਤੇ ਢਿੱਲੇ ਮੱਠੇ ਨੇ, ਸਾਨੂੰ ਜਦੋਂ ਕੇਸ ਆਇਆ, ਜਦੋਂ ਅਸੀਂ ਇਸ ਕੇਸ ਸਮਝਿਆ, ਸਾਡੇ ਵੀ ਜਿੱਦਾਂ ਅਸੀਂ ਵੀ ਇਨਸਾਨ ਆ ਨਾ, ਸਾਨੂੰ ਬੜਾ ਦਿਲ ਤੇ ਲੱਗਿਆ, ਕਿਉਂਕਿ ਦੁਨੀਆ ਪੈਸੇ ਦੇਣ ਵਾਲੀ ਇੰਨੀ ਕੁ ਬੈਠੀ ਹੈ ਕਿ ਉਹ ਤੋਲ ਦੇਵੇ ਪੈਸੇ ਨਾਲ ਲੋਕਾਂ ਨੂੰ, ਪਰ ਕਈ ਸੰਸਥਾਵਾਂ ਜਿਹੜੀਆਂ ਹੁਣ ਸਾਡੇ ਵਰਗੀਆਂ ਲੋਕਾਂ ਨੂੰ ਮਿਸਯੂਜ਼ ਕਰਦੀਆਂ ਨੇ, ਪੈਸੇ ਖਾਂਦੀਆਂ ਨੇ, ਫਿਰ ਉਹ ਸਾਡੇ ਕਰਕੇ ਲੋਕ ਦਾਨ ਨਹੀਂ ਜਿਹੜਾ ਕਰਦੇ ਅਕਾਊਂਟਾਂ 'ਚ। ਤਾਂ ਸਾਨੂੰ ਸੀਗਾ ਕਿ ਚਲੋ ਅਸੀਂ ਇੱਕ ਵਾਰੀ ਇਹਨਾਂ ਦੇ ਘਰ ਆਈਏ, ਅਤੇ ਜਿੰਨਾ ਵੀ ਇਹਨਾਂ ਦਾ ਖਰਚਾ ਹੋਵੇ ਉਹ ਡਾਇਰੈਕਟਲੀ CMC ਡਾਕਟਰ ਮਮਤਾ ਦੇ ਅੰਡਰ ਅਸੀਂ ਐਡਮਿਟ ਕਰਾ ਲੱਗੇ ਹਾਂ। ਉਹ ਬੈਸਟ ਜਿਹੜੇ ਦਿਮਾਗ ਦੇ ਡਾਕਟਰ, ਬੈਸਟ ਡਾਕਟਰ ਨੇ ਉਹ, ਮਤਲਬ ਲੁਧਿਆਣੇ ਦੇ ਦਿਮਾਗ ਦੇ। ਤਾਂ ਸਾਨੂੰ ਹੈਗਾ ਕਿ ਜਿਨ੍ਹਾਂ ਨੇ ਮਦਦ ਵੀ ਕਰਨੀ ਆ ਉਹ ਡਾਇਰੈਕਟਲੀ ਹਾਲਾਤ ਦੇ ਕੇ ਆਪ ਹੀ ਦੇ ਜਾਣ, ਕਿ ਇਹਨਾਂ ਨਾਲ ਵੀ ਮੈਂ ਇਹਨਾਂ ਦੀ ਮਾਸੂਮੀਅਤ ਦਿਖਾ ਕੇ ਆਪਣੇ ਖਾਤੇ 'ਚ ਪੈਸੇ ਪਵਾ ਲਾਂ। ਅਸੀਂ ਇੱਦਾਂ ਦੇ ਲੋਕ ਹੈ ਨਹੀਂ, ਅਸੀਂ ਚਾਹੁੰਦੇ ਹਾਂ ਕਿ ਜੋ ਹਾਲਾਤ ਨੇ ਉਹ ਲੋਕਾਂ ਮੂਹਰੇ ਰੱਖ ਦਿਓ, ਅਤੇ ਜਿਹੜੇ ਮਦਦ ਕਰਨ ਵਾਲੇ ਉਹਨਾਂ ਨੂੰ ਡਾਇਰੈਕਟਲੀ ਜਾ ਕੇ ਕਰਿਆ। ਠੀਕ ਹੈ ਸਰ, ਇਹ ਬਹੁਤ ਚੰਗੀ ਸੋਚ ਹੈ ਤੁਹਾਡੀ, ਵਧੀਆ ਸੋਚ ਹੈ। ਮੈਂ ਵੀ ਫੇਸਬੁੱਕ ਤੇ ਦੇਖਿਆ ਹੀ ਤੁਹਾਡੇ, ਬਹੁਤ ਵਧੀਆ ਕੰਮ ਕਰਦੇ ਹੋ, ਬਹੁਤ ਟਾਈਮ ਤੋਂ ਬਾਤ ਕਰ ਰਹੇ ਹਾਂ, ਤਾਂ ਹੀ ਤੁਹਾਡੇ ਕੋਲ ਗਏ ਹਾਂ। ਇਸ ਸਮੇਂ ਦੇ ਵਿੱਚ ਕੋਈ ਟਾਈਮ ਹੀ ਹੈ ਨਹੀਂ ਸਰ ਜੀ, ਕਿਉਂਕਿ ਨਾ ਅਸੀਂ ਹਮੇਸ਼ਾ ਸਮਾਜ 'ਚ ਰੌਲਾ ਪਾਉਂਦੇ ਰਹਿੰਦੇ ਹਾਂ ਕਿ ਲੋਕ ਇੱਦਾਂ ਲੋਕ ਉੱਦਾਂ, ਪਰ ਅਸੀਂ ਆਪਣਾ ਫਰਜ਼ ਨਹੀਂ ਨਿਭਾ ਰਹੇ।
ਆਪਣਾ ਫਰਜ਼ ਸਾਡਾ ਤੁਸੀਂ ਗਵਾਂਢ ਪੁਣਾ ਹੋਣ ਦੇ ਨਾਤੇ ਆਪਣਾ ਫਰਜ਼ ਬਹੁਤ ਵਧੀਆ ਨਿਭਾ ਰਹੇ ਹੋ ਕਿਉਂਕਿ ਅੱਜ ਕੱਲ ਗਵਾਂਢ ਦੇ ਵਿੱਚ ਇੱਕ ਪਿੱਛੇ ਡੈਥ ਹੋ ਗਈ ਸੀ ਪਿੱਛੇ ਅਹਿਮਦਾਬਾਦ ਦੀ ਖਬਰ ਹੈ 25 ਦਿਨ ਅੰਦਰ ਲਾਸ਼ ਪਈ ਰਹੀ ਲੋਕਾਂ ਨੇ ਹਾਲ ਚੰਨੀ ਪੁੱਛੇ ਕਿਉਂਕਿ ਜਿਵੇਂ ਹੁਣ ਲੋਕ ਵੱਡੇ ਘਰਾਂ 'ਚ ਜਾ ਰਹੇ ਨੇ ਤਾਂ ਗਵਾਂਢ ਪੁਣਾ ਖਤਮ ਹੋ ਰਿਹਾ ਹਨਾ ਇੱਥੇ ਇੱਥੇ ਪੂਰਾ ਮੁੱਲਾ ਇਕੱਠਾ ਹੋ ਗਿਆ ਇਹ ਬੜੀ ਵੱਡੀ ਗੱਲ ਤਾਂ ਕੋਈ ਗੱਲ ਨਹੀਂ ਬੇਟਾ ਪਰ ਜਿਹੜੀ ਆਪਾਂ ਉਸ ਦਿਨ ਗੱਲਾਂ ਕੀਤੀਆਂ ਉਸ ਚੀਜ਼ 'ਤੇ ਜ਼ਿਆਦਾ ਧਿਆਨ ਦਿਓ ਆਪਾਂ ਹੁਣ ਆਪਣੇ ਘਰ ਦੇ ਹਾਲਾਤਾਂ ਨਾਲ ਲੜਨਾ ਉੱਪਰ ਬਣਿਆ ਕਿ ਖਾਲੀ ਹੈ ਹੁਣ ਘਰ 'ਚ ਸਮਾਨ ਸਮੂਨ ਜਿਹੜਾ ਤੁਸੀਂ ਲੈ ਕੇ ਜਾਣਾ ਪੈਕ ਕਰ ਲਓ ਫਿਰ ਕਰ ਲਿਆ ਪੈਕ ਕਿੱਥੇ ਬੈਗ ਤੁਹਾਡਾ ਚਲੋ ਫਿਰ ਚਲੋ ਆਪਾਂ ਰਖਾਈਏ ਤੇ ਫਿਰ ਇਹ ਬੱਚਾ ਤੁਹਾਡੇ ਕੋਲ ਰਹੇਗਾ ਜੀ ਚਲੋ ਇਹ ਬੱਚਾ ਇਹ ਤਾਇਆ ਜੀ ਦੇ ਘਰੇ ਰਹੂਗਾ ਠੀਕ ਹੈ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਹਾਲ ਹੈ ਤੁਹਾਡਾ ਮਾਤਾ ਜੀ ਇਹ ਕੌਣ ਹੈ ਮੁੰਡਾ ਇੱਧਰ ਆ ਬੇਟਾ ਇਹ ਕੌਣ ਹੈ ਮੁੰਡਾ ਇਹ ਕੌਣ ਹੈ ਹੈ ਤੁਹਾਡਾ ਮੁੰਡਾ ਵਾਹਿਗੁਰੂ ਵਾਹਿਗੁਰੂ ਹੋ ਜਾਣਾ ਬੇਟਾ ਮੰਮੀ ਨੇ ਠੀਕ ਹੋ ਜਾਣਾ ਠੀਕ ਹੈ ਨਾ 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 ਰੋ ਕਿਉਂ ਰਹੇ ਹੋ ਉਹ ਯਾਰ ਬਾਈ ਰੋ ਕਿਉਂ ਰਹੇ ਹੋ ਤੂੰ ਰੋ ਨਾ ਰੋ ਨਾ ਸ਼ਾਬਾਸ਼ ਰੋ ਨਾ ਕੋਈ ਗੱਲ ਹੋ ਜਾਣਾ ਮੰਮੀ ਨੇ ਠੀਕ ਹੋ ਜਾਣਾ ਆਂਟੀ ਤੂੰ ਠੀਕ ਹੋ ਜਾਣਾ ਠੀਕ ਹੈ ਕੋਈ ਗੱਲ ਤੂੰ ਮੰਮੀ ਦਾ ਧਿਆਨ ਰੱਖਣਾ ਠੀਕ ਹੈ ਨਾ ਨਾ ਮੇਰਾ ਬੱਚਾ ਰੋਣਾ ਨਹੀਂ ਤੂੰ ਰੋਣਾ ਨਹੀਂ 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 ਰੋਣਾ ਰੋਣਾ ਨਹੀਂ ਰੋਣਾ ਠੀਕ ਹੈ ਰੋਣਾ ਨਹੀਂ ਤੂੰ ਮੰਮੀ ਨੇ ਠੀਕ ਹੋ ਜਾਣਾ ਸ਼ਾਬਾਸ਼ ਠੀਕ ਹੋ ਜਾਣਾ ਤਾਂ ਹੀ ਤਾਂ ਆਏ ਨੇ ਸਾਰੇ ਬੇਟਾ ਘਰ ਦੀ ਸਫਾਈ ਸਫੂਈ ਨੀ ਫਿਰ ਤੁਸੀਂ ਕਦੀ ਕਿਹਾ ਕਿਸੇ ਨੂੰ ਕਹਿਣ ਜੋਗੇ ਬਿਜਲੀ ਦੇ ਬਿੱਲ ਦਾ ਵੀ ਪਤਾ ਲੱਗੇ 2021 ਤੋਂ ਬਿੱਲ ਵੀ ਨਹੀਂ ਕੀਤਾ ਤੂੰ ਥੋੜਾ ਤਕੜਾ ਹੋ ਜਾ ਹੁਣ ਦੇਖ ਤੇਰੇ ਸੁੱਖ ਨਾਲ ਭਰਾ ਖੜੇ ਨੇ ਜ਼ਰੂਰੀ ਨੀ ਰਿਸ਼ਤੇਦਾਰੀ ਸਿਰਫ ਖੂਨ ਦੀ ਹੋਵੇ ਇਹ ਵੀ ਤੇਰੇ ਭਰਾ ਵੱਡੇ ਤੇਰੇ ਸਕੇ ਭਰਾਵਾਂ ਵਰਗੇ ਨੇ ਸਾਨੂੰ ਦੱਸ ਕੀ ਦਿੱਕਤ ਆ ਠੀਕ ਹੈ ਇਹ ਤੇਰੇ ਸਕੇ ਭਰਾ ਵਰਗੇ ਨੇ ਜ਼ਰੂਰੀ ਭਾਵੇਂ ਇਹ ਤੇਰੀ ਮਾਂ ਦੇ ਕੁੱਖੋਂ ਨਹੀਂ ਜੰਮੇ ਪਰ ਤੇਰੇ ਭਰਾ ਨੇ ਪਰ ਇਨਸਾਨੀਅਤ ਹੈ ਹਾਂ ਗਵਾਂਢ ਪੂਣਾ ਤੇਰਾ ਰਿਸ਼ਤੇਦਾਰ ਤੇਰਾ ਭਰਾ ਤੇਰਾ ਸਭ ਕੁਝ ਹੁਣ ਇਹੀ ਨੇ ਮੈਂ ਤੁਹਾਨੂੰ ਇੱਕ ਛੋਟਾ ਦੱਸ ਦਿੰਦਾ ਆ ਛੋਟਾ ਬੱਚਾ ਨਹੀਂਗਾ ਮੇਰਾ ਬੱਚਾ ਵੀ ਛੋਟਾ ਹੀ ਉਹਦੇ ਨਾਲ ਖੇਡਦਾ ਸੀ ਤੇ ਉਹ ਮੈਨੂੰ ਇੱਕਦਮ ਹੋਇਆ ਵੀ ਮਤਲਬ ਇਹਨਾਂ 10-15 ਦਿਨ ਹੋਊਗਾ ਲੈਟਰ ਅੰਦਰ ਹੀ ਪਈ ਆ ਵੀ ਬੱਚਾ ਨਾਲ ਖੇਡਦਾ ਯਾਰ ਵੀ ਕੋਈ ਇਹਦੀ ਮੰਮੀ ਤਾਂ ਚਲੋ ਹੈਗੀ ਨਹੀਂ ਇਹਨਾਂ ਨੂੰ ਇਨਫੈਕਸ਼ਨ ਹੋ ਜੀ ਪਰ ਇਹਨਾਂ ਨੂੰ ਕੌਣ ਇਲਾਜ ਕਰਾਉਂਦਾ ਮੈਂ ਹੈਰਾਨ ਆ ਗਈ ਇਹ ਕਦੋਂ ਤੋਂ ਹਾਲਾਤ ਬੇਟਾ ਇਦਾਂ ਹੀ ਨੇ 2019 ਤੋਂ ਬਾਅਦ ਇਹ ਕਿਚਨ ਇਹਦੇ ਚ ਵੀ ਮੈਨੂੰ ਲੱਗਦਾ ਕਿ ਬਹੁਤ ਸਾਲਾਂ ਤੋਂ ਕੁਛ ਬਣਿਆ ਨੀ ਅੰਦਰ ਦੇਖੋ ਮਿੰਗਣਾ ਇੱਥੇ ਕਿੰਨੀਆਂ ਨੇ ਵਾਹਿਗੁਰੂ ਮਤਲਬ ਇੱਕ ਨਰਕ ਭਰੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਰਪਾ ਕਰਤੀ ਜਿਹੜੇ ਆ ਗਵਾਂਢੀ ਸਾਰੇ ਬਾਈ ਖੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ GNE ਕਾਲਜ ਦੇ ਕੋਲ ਡੁਗਰੀ ਦੇ ਕੋਲ ਅਸੀਂ ਖੜੇ ਹਾਂ ਮੈਨੂੰ ਪਰਸੋਂ ਵੀਰ ਹੋਣੀ ਆ ਕੇ ਮਿਲੇ ਸੀਗੇ ਤੁਹਾਡਾ ਸ਼ੁਭ ਨਾਮ ਬਾਈ ਪਰਮਿੰਦਰਪਾਲ ਸਿੰਘ ਜੀ ਇਹ ਸਾਡੇ ਕੋਲ ਆਏ ਸਾਡੀ ਲੋਕੇਸ਼ਨ 'ਤੇ ਇਹਨਾਂ ਨੇ ਕੇਸ ਡਿਸਕਸ ਕੀਤਾ ਇਹ ਸਾਡਾ ਛੋਟਾ ਭਰਾ ਹੈ ਜੀ 17-18 ਸਾਲ ਉਮਰ ਹੈ ਮਾਤਾ ਜੀ ਦੇ ਹਾਲਾਤ ਤੁਸੀਂ ਇਹਨਾਂ ਦੇ ਦੇਖ ਹੀ ਰਹੇ ਹੋ ਛੋਟਾ ਬੱਚਾ ਇੱਕ ਹੋਰ ਜਦੋਂ ਇਹਨਾਂ ਨੇ ਆਪਣੇ ਇਹਨਾਂ ਦੇ ਘਰ ਦੀ ਸਟੋਰੀ ਆ ਕੇ ਦੱਸੀ ਸਾਰੀ ਕਿ ਕਿਵੇਂ ਇੱਕ ਘਰ ਨਰਕ ਦੇ ਵੱਲ ਜਾਣ ਲਈ ਬੜੀ ਤੇਜ਼ੀ ਨਾਲ ਵੱਧ ਰਿਹਾ ਤੁਸੀਂ ਦੇਖ ਹੀ ਰਹੇ ਹੋ ਹਾਲਾਤ ਘਰ ਦੇ ਕਿ ਕਿਵੇਂ ਮਿੱਟੀ ਜੰਗਾਲ ਲੱਗਿਆ ਪਿਆ ਔਰ ਘਰ ਦੇ ਹਾਲਾਤ ਜੋ ਹੋਏ ਪਏ ਨੇ ਤੁਸੀਂ ਬਹੁਤ ਬਖੂਬੀ ਦੇਖ ਸਕਦੇ ਹੋ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਮੁੱਲਾ ਇਹਨਾਂ ਦੇ ਨਾਲ ਖੜਾ ਇਹ ਵੀਰ 'ਚ ਥੋੜ੍ਹਾ ਜਿਹਾ ਸ਼ਾਈ ਪੂਣਾ ਹੋਣ ਕਰਕੇ ਕਿਸੇ ਕੋਲ ਹੈਲਪ ਨਹੀਂ ਮੰਗ ਪਾਇਆ ਖੁੱਲ੍ਹ ਕੇ ਕਿਸੇ ਨੂੰ ਕਹਿ ਨਹੀਂ ਪਾਇਆ ਆਪਣਾ ਦੁੱਖ ਸ਼ੇਅਰ ਨਹੀਂ ਕਰ ਪਾਇਆ ਪਰ ਕਹਿ ਲਓ ਕਿ ਮਾਵਾਂ ਸਭ ਦੀਆਂ ਸਾਂਝੀਆਂ ਹੀ ਹੁੰਦੀਆਂ ਜਿਹੜੇ ਵਾਕਈ ਆਪਣੀ ਮਾਂ ਨੂੰ ਪਿਆਰ ਕਰਦੇ ਨੇ ਜਾਂ ਆਪਣੀ ਮਾਂ ਲਈ ਕਹਿ ਲਓ ਕਿ ਦੁਨੀਆ ਭਰ ਦੀ ਐਸ਼ੋ ਆਰਾਮ ਕਹਿੰਦੇ ਨਾ ਕਿ ਮਾਂ ਕੇ ਪੈਰੋਂ ਮੇਂ ਜੰਨਤ ਹੈ ਅੱਜ ਵੀ ਬਹੁਤ ਮੁੰਡੇ ਕੁੜੀਆਂ ਨੇ ਜਿਹੜੇ ਵਾਕਈ ਆਪਣੀ ਮਾਂ ਨੂੰ ਰੱਬ ਤੋਂ ਪਹਿਲਾਂ ਰੱਖਦੇ ਨੇ ਅਤੇ ਉਹ ਗੱਲ ਅਲੱਗ ਹੈ ਕਿ ਜਿਹੜੇ ਨਹੀਂ ਅੱਜ ਆਪਣੇ ਮਾਂ ਬਾਪ ਨੂੰ ਪੁੱਛਦੇ ਦੋਨਾਂ ਤਰ੍ਹਾਂ ਦੀ ਦੁਨੀਆ ਅੱਛੇ ਵੀ ਨੇ ਬੁਰੇ ਵੀ ਨਹੀਂ ਹੈ ਪਰ ਮੈਂ ਅੱਛਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇਸ ਬੱਚੇ ਨੂੰ ਅੱਜ ਸਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਇਹਨਾਂ ਦੀ ਜਿਹੜੇ ਮਦਰ ਨੇ ਉਹ ਠੀਕ ਨਹੀਂ ਨੇ ਮੈਂਟਲੀ ਵੀ ਅਤੇ ਥੋੜ੍ਹਾ ਘਰ ਦੀ ਕੰਡੀਸ਼ਨ ਵੀ ਤੁਸੀਂ ਦੇਖ ਰਹੇ ਹੋ ਪਰ ਪਤਾ ਨਹੀਂ 6 ਮਹੀਨੇ 7 ਮਹੀਨੇ ਤੋਂ ਇਹ ਵੀਰ ਕਿੱਦਾਂ ਇਹ ਹਾਲਾਤਾਂ 'ਚੋਂ ਨਿਕਲ ਰਿਹਾ ਗਵਾਂਢੀ ਸਾਰੇ ਇਕੱਠੇ ਹੋਏ ਪਏ ਨੇ ਅਤੇ ਸਾਡੀ ਟੀਮ ਅੱਜ ਐਂਬੂਲੈਂਸ ਲੈ ਕੇ ਪਹੁੰਚੀ ਇਹਨਾਂ ਨੂੰ CMC ਐਡਮਿਟ ਕਰਾਉਣ ਲੱਗੇ ਨੇ ਅਤੇ ਜਿੰਨੇ ਵੀ ਦਾਨੀ ਸੱਜਣ ਨੇ ਵੀਰ ਡਾਇਰੈਕਟਲੀ ਆ ਕੇ ਇਸ ਵੀਰ ਨੂੰ ਮੈਂ ਕੋਸ਼ਿਸ਼ ਕਰੂੰਗਾ ਵੈਸੇ ਸ਼ਾਮੀ ਅੱਧਾ ਘੰਟਾ ਆਪਣੇ ਕੋਲ ਬਿਠਾਉਣਾ ਸ਼ੁਰੂ ਕਰੀਏ ਉੱਥੇ ਜਿੱਥੇ ਅਸੀਂ ਸੇਵਾ ਕਰਦੇ ਹਾਂ ਕਿ ਚਲੋ ਜਿਹੜੇ ਡੋਨਰ ਉੱਥੇ ਆਉਣਗੇ ਉਹ ਡਾਇਰੈਕਟਲੀ ਇਹਨੂੰ ਸੇਵਾ ਦੇ ਜਾਣ ਅਤੇ ਇਹ ਜਾ ਕੇ ਆਪਣੀ ਮਦਰ ਦੇ ਟ੍ਰੀਟਮੈਂਟ ਲਈ ਉਹ ਪੈਸੇ ਜਮ੍ਹਾਂ ਕਰਾ ਸਕੇ ਇੱਕ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਅਤੇ ਦੂਜਾ ਇਹਨਾਂ ਦੀ ਮਦਰ ਠੀਕ ਹੋ ਜਾਣ ਉਹਦੇ ਲਈ ਦੁਆ ਕਰਿਓ ਅਤੇ ਇਸ ਇਹਨਾਂ ਦੇ ਗਵਾਂਢੀਆਂ ਨੂੰ ਮੈਂ ਬੜੀ ਵੈਸੇ ਬਹੁਤ ਦਿਲੋਂ ਦੁਆ ਦਿੰਦਾ ਕਿ ਅਸਲ 'ਚ ਰਿਸ਼ਤੇਦਾਰੀ ਜਿਹੜੀ ਹੁੰਦੀ ਉਹ ਇਨਸਾਨੀਅਤ ਦੀ ਹੁੰਦੀ ਹੈ ਕਈ ਵਾਰ ਕੁੱਖੋਂ ਜੰਮਿਆ ਨਾਲ ਭਰਾ ਸਕਾ ਨਹੀਂ ਖੜਦਾ ਪਰ ਕੋਈ ਬਗਾਨਾ ਜਿਹੜਾ ਜਾਣਦਾ ਨਹੀਂ ਹੁੰਦਾ ਸਾਨੂੰ ਉਹ ਸਾਡੇ ਲਈ ਰੱਬ ਦਾ ਰੂਪ ਬਣ ਜਾਂਦਾ ਜੋ ਇਹ ਗਵਾਂਢੀ ਬਣੇ ਨੇ ਮੈਂ ਬੜਾ ਧੰਨਵਾਦੀ ਹਾਂ ਸਾਰੇ ਗਵਾਂਢੀਆਂ ਦਾ
ਹੁਣ ਅਸੀਂ ਇਸ ਪੇਸ਼ੈਂਟ ਨੂੰ ਲੈ ਕੇ ਜਾ ਰਹੇ ਹਾਂ ਜੀ, ਪਰ ਜਿਹੜੇ ਘਰ ਦੇ ਹਾਲਾਤ ਸੀਗੇ, ਚੱਕੀਏ ਘਰ ਦੇ ਜਿਹੜੇ ਹਾਲਾਤ ਸੀਗੇ ਉਹ ਕਾਫੀ ਮਾੜੇ ਸੀਗੇ। ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਬੇਟਾ ਕਰਾਓ ਕਰਾਓ ਧਿਆਨ ਨਾਲ, ਨਹੀਂ ਨਹੀਂ ਚੱਕ ਲਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧਿਆਨ ਨਾਲ ਧਿਆਨ ਮਾਤਾ, ਕੋਈ ਗੱਲ ਨੀ ਕੋਈ ਗੱਲ ਨੀ ਕੋਈ ਗੱਲ ਨੀ, ਹੋ ਜਾਣਾ ਤੁਸੀਂ ਠੀਕ ਆਪਣੇ ਬੱਚਿਆਂ ਨਾਲ ਧਿਆਨ ਨਾਲ, ਠੀਕ ਹੈ ਚਲੋ ਧਿਆਨ ਨਾਲ ਇੱਧਰ ਹੋ ਜਾਓ, ਵਾਹਿਗੁਰੂ ਹੈਗੇ 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 ਨਾਲ ਹੀ ਹੈਗੇ ਨਾਲ ਹੀ ਹੈ ਨਾਲ ਹੀ, ਆਰਾਮ ਨਾਲ ਆਰਾਮ ਨਾਲ ਧਿਆਨ ਨਾਲ ਵਾਹਿਗੁਰੂ, ਇਹਨਾਂ ਦੇ ਨਾਲ ਹੁਣ ਵੱਡਾ ਕੌਣ ਚੱਲਾ? ਉਹ ਯਾਰ ਤੂੰ ਰੋਈ ਕਿਉਂ ਜਾਂਦਾ ਦੱਸ, ਤੇਰਾ ਦੋਸਤ ਹੈ, ਚੁੱਪ ਕਰਾ ਆੜੀ ਨੂੰ ਆਪਣੇ, ਨਾ ਬੇਟਾ ਕੀ ਨਾਮ ਤੇਰਾ, ਨਾ ਰੋਣਾ ਨੀ ਤੂੰ, ਤਾਂ ਹੀ ਮੰਮੀ ਠੀਕ ਹੋਏਗੀ, ਠੀਕ ਹੈ ਮੰਮੀ ਪੂਰੀ ਠੀਕ ਹੋ ਕੇ ਆ ਜਾਣੀ, ਕੋਈ ਗੱਲ ਵਾਹਿਗੁਰੂ ਧਿਆਨ ਰੱਖਿਓ ਜੀ ਇਹਦਾ, ਨਹੀਂ ਧੰਨਵਾਦ ਆਂਟੀ, ਸਾਨੂੰ ਸੇਵਾ ਦਾ ਮੌਕਾ ਦੇ ਜੀ, ਤਾਂ ਜ਼ਿੰਦਗੀ ਲਾਉਣ ਆਇਆ ਜੀ, ਤੁਸੀਂ ਗਵਾਂਢੀ ਹੋ ਇਹਨਾਂ ਦੇ, ਇਹਨਾਂ ਦੀ ਸੇਵਾ ਮਤਲਬ ਤੁਹਾਡੇ ਜਵਾਕਾਂ ਦੀ ਸੇਵਾ ਆਪੇ ਹੋ ਜਾਣੀ, ਪਰਮਾਤਮਾ ਕਹਿੰਦਾ ਤੂੰ ਆਪਣਾ, ਨਹੀਂ ਨਹੀਂ ਕੋਈ ਗੱਲ ਆਂਟੀ, ਕੋਲਡ ਡਰਿੰਕ ਨਹੀਂ 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 ਤੁਸੀਂ ਮੇਰੀ ਗੱਲ ਸੁਣੋ, ਮੇਰੀ ਗੱਲ ਤੁਸੀਂ ਨਾ ਦੇਖੋ, ਤੁਸੀਂ ਸਾਰੇ ਗੁਆਂਢੀ ਹੋ, ਦੇਖੋ ਪੈਸਿਆਂ ਦੀ ਕੋਈ ਕਮੀ ਨਹੀਂ, ਮੈਂ ਵਾਰ ਵਾਰ ਕਹਿ ਰਿਹਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ, ਪਰ ਜਿਹੜਾ ਵੱਡਾ ਫਰਜ਼ ਹੈ ਇਹਨਾਂ ਦੇ ਨਾਲ ਤੁਸੀਂ ਬੱਚਿਆਂ ਦਾ ਥੋੜਾ, ਇਹਨਾਂ ਬੱਚਿਆਂ ਦਾ ਥੋੜਾ ਧਿਆਨ ਰੱਖਿਓ, ਹਾਂ ਦੇਖੋ ਮੈਂ ਉਹ ਇੱਕ ਜਿਹੜੀ ਮੇਨ ਗੱਲ ਮੇਰੀ ਸਾਰੇ ਗੁਆਂਢੀਆਂ ਨੂੰ ਬੇਨਤੀ ਹੈ ਕਿ ਦੇਖੋ ਮੈਂ ਹੁਣ ਨਾ 10 ਕੁ ਮਿੰਟ 'ਚ ਬੋਲ ਕੇ ਬਿਆਨ ਨਹੀਂ ਕਰ ਸਕਦਾ ਕਿ ਇਹ ਕੀ ਚੀਜ਼ ਹੈ, ਹਨਾ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਸਾਰੇ ਇਹਨਾਂ ਦੀ ਸੇਵਾ ਕਰੋ, CMC ਹਸਪੀਟਲ ਇਹਨਾਂ ਨੂੰ ਹੁਣ ਅਸੀਂ ਭੇਜ ਰਹੇ ਹਾਂ, ਸਾਡਾ ਨੰਬਰ ਲੈ ਲਿਓ, ਇਹਨਾਂ ਨੂੰ ਮਿਲਦੇ ਰਹੋ, ਇਹਨਾਂ ਨੂੰ ਸਿਰਫ ਤੁਹਾਡਾ ਮੈਂ ਹੌਸਲਾ ਚਾਹੁੰਦਾ, ਕੋਈ ਤੁਹਾਡੇ ਕੋਲ ਮੈਂ ਪੈਸੇ ਨਹੀਂ ਕਹਿੰਦਾ, ਕੋਈ ਮੈਂ ਤੁਹਾਡੇ ਕੋਲ ਵੋਟਾਂ ਨਹੀਂ ਮੰਗਦਾ, ਸਿਰਫ ਇਹਨਾਂ ਦਾ ਜਿਹੜਾ ਬੱਚਿਆਂ ਦਾ, ਪਤਾ ਕਿਉਂ ਦੇਖੋ ਮੈਂ ਰੋਜ਼ ਨਹੀਂ ਇੱਥੇ ਆ ਪਾਊਂਗਾ, ਤੁਸੀਂ ਨਾਲ ਦਾ ਘਰ ਹੈ, ਸਾਹਮਣੇ ਵਾਲਾ ਘਰ ਹੈ, ਬਸ ਬਸ ਮਿਹਰਬਾਨੀ, ਬਸ ਇਹੀ ਇਹੀ ਸੇਵਾ ਜਿਹੜੀ, ਦੇਖੋ ਤੁਸੀਂ ਤੁਸੀਂ ਉਮਰ ਚ ਮੇਰੇ ਤੋਂ ਬਹੁਤ ਵੱਡੇ ਹੋ, ਹੈ ਨਾ ਮੇਰੀ ਉਮਰ 25-26 ਸਾਲ ਹੈ, ਮੈਨੂੰ ਬਹੁਤਾ ਗਿਆਨ ਨਹੀਂ ਹੈ, ਮੈਂ ਇਹ ਕਹਿੰਦਾ ਕਿ ਸੇਵਾ ਦੇ ਉੱਤੇ ਦੁਨੀਆਂ ਚ ਕੁਛ ਨਹੀਂ ਹੈਗਾ, ਸੇਵਾ ਹੀ ਹੈ, ਜਸ ਜਿਹੜਾ ਜੋ ਸਾਡਾ ਫਰਜ਼ ਆ ਉਹ ਅਸੀਂ ਨਿਭਾ ਰਹੇ ਹਾਂ, ਪਰ ਜਿਹੜਾ ਤੁਹਾਡਾ ਫਰਜ਼ ਆ ਉਹ ਤੁਸੀਂ ਤਸੱਲੀਆਂ ਨਾਲ ਵਾਹਣਾ, ਕੱਲ ਇਹਨਾਂ ਸੀਵੇ ਪੱਲਾ ਖਲਾਇਆ ਕਿ ਸਮੈਲ ਚ ਬੈਠੇ ਨੇ ਜ਼ਿੰਦਗੀ ਚ, ਹਾਂ ਬਸ ਇਹਦੇ ਚ ਮਿੱਟੀ ਦੇਖੋ ਕਿੰਨੀ ਨਿਕਲੀ, ਉਹ ਬਲਾ ਤੇ ਢੇਰ ਬਾਹਰ, ਇਹੀ ਜਿਹੜੀ ਮੱਲੇ ਦੀ ਜੋ ਸੇਵਾ ਉਹ ਤਰੀਕੇ ਨਾਲ ਤੁਸੀਂ ਕਰੋ, ਬਾਕੀ ਸਾਰਾ ਫਿੱਟ ਕਰਾ ਦਾਂਗੇ, ਬਸ ਸਪੇਸ ਸੇਵਰੇ ਚਾਲੂ ਹੋਣਾ, ਇੱਕ ਇੱਕ ਹੋਰ ਮੇਰੀ ਬੇਨਤੀ ਆ ਅਜੀ, ਕੋਈ ਨਾ ਮਜ਼ਦੂਰ ਲਾ ਕੇ ਇਹਨਾਂ ਦੀ ਸਫਾਈ ਵੀ ਕਰਾ, ਤੁਸੀਂ ਪੈਸੇ ਦੇ ਕੇ ਜਾਵਾਂਗੇ, ਕੋਈ ਨਹੀਂ ਉਹ ਅਸੀਂ ਬੈਠੇ ਹੈਗੇ ਆ, ਜੋ ਵੀ ਹੈ ਇਹਨਾਂ ਦੇ ਘਰ ਦਾ ਕਰਾ ਲਓ, ਕੱਲ ਸਾਰੇ ਮਿਸਤਰੀ ਲਾ ਕੇ ਕੰਮ ਕਰਾਇਆ, ਹੁਣ ਇਹ ਵੀ ਬਾਕੀ ਕੰਮ ਕਰਾਵਾਂਗੇ, ਹੁਣ ਇਹਨੂੰ ਐਡਮਿਟ ਕਰਾ ਕੇ, ਜ਼ਿਆਦਾ ਬੋਲੀ ਜਾਂਦੇ ਨਾ ਫਿਰ ਉਹ, ਤੁਸੀਂ ਬਸ ਚੰਗੀ ਤਰ੍ਹਾਂ ਇਹਨਾਂ ਦੀ ਜਿਹੜੀ ਸੇਵਾ ਪਾਣੀ ਦੀ ਕੋਈ ਕਮੀ ਨਾ, ਬਾਕੀ ਬਾਕੀ ਸਾਡੀ ਸੇਵਾ ਬੁਲਾ ਕੇ ਸਫਾਈ ਕਰਾ ਦਿੰਦੇ ਆ, ਵਾਹ ਆਂਟੀ ਅਸਲ ਦੇ ਵਿੱਚ ਇਸ ਤੋਂ ਉੱਤੇ ਕੁਝ ਹੋਰ ਹੈ ਵੀ ਨਹੀਂ, ਇਹ ਰੱਬ ਇੱਥੇ ਹੀ ਹੈ, ਪਤਾ ਨਹੀਂ ਕੱਲ ਨੂੰ ਆ ਜਿਹੜੀ ਮਾਂ ਦੇ ਹਾਲਾਤ ਨੇ, ਕੱਲ ਨੂੰ ਮੇਰੇ ਹੋਏ ਹੋਣ, ਕਿਸੇ ਦੇ ਵੀ ਹੋ ਸਕਦੇ ਨੇ, ਠੀਕ ਹੈ ਤੁਸੀਂ ਅਸੀਂ ਇਹਨਾਂ ਨੂੰ ਹੁਣ CM ਬੇਟਾ ਤੂੰ ਰੋਈ ਨਾ ਜਾਏ ਫਿਰ, ਠੀਕ ਹੈ ਨਹੀਂ ਨਹੀਂ ਬਾਬਾ ਬੈਠਾ ਅਮੀਰ ਤੂੰ ਠੀਕ ਹੋ ਜਾਣਾ, ਠੀਕ ਹੈ ਬੈਠੋ, ਸੋਸ਼ਲ ਮੀਡੀਆ ਤੇ ਪਾਵਾਂਗੇ, ਕੋਈ ਪੈਸਾ ਨੀ ਬੇਟਾ ਕੋਈ ਪੈਸਾ ਨਾ, ਮੇਰਾ ਬੱਚਾ ਰੋ ਨਾ, ਦੇਖੋ ਜੀ ਮੈਂ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਵੀ ਪੰਜਾਬ ਦੇ ਮੁਹੱਲੇ ਦੇ ਵਿੱਚ ਜੇ ਇੱਦਾਂ ਦੇ ਹਾਲਾਤ ਕੋਈ ਪੇਸ਼ੈਂਟ ਦੇ ਪੈਸਿਆਂ ਕਰਕੇ ਹੈਗੇ ਨੇ, ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਸਾਨੂੰ ਸੇਵਾ ਦਾ ਮੌਕਾ ਦਿਓ, ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਪਿਛਲੇ 6-7 ਮਹੀਨਿਆਂ ਤੋਂ ਇਹ ਕੇਸ ਸਾਡੇ ਕੋਲ ਇੰਨੀ ਲੇਟ ਕਿਉਂ ਆਇਆ, ਕਿਉਂਕਿ ਜਿਹੜੇ ਦਾਨੀ ਸੱਜਣ ਨੇ ਉਹ ਸਾਨੂੰ ਫੋਨ ਕਰਦੇ ਨੇ ਕਿ ਸਾਡੀ ਸੇਵਾ ਲਵਾਓ, ਤੇ ਜਦੋਂ ਇਦਾਂ ਦੇ ਗੁਮਨਾਮ ਕੇਸ, ਕਿਉਂਕਿ ਉਹ ਬੱਚਾ ਕਿਸੇ ਨੂੰ ਦੱਸ ਹੀ ਨਹੀਂ ਪਾਇਆ, ਉਹ ਬੱਚਾ ਇੰਨਾ ਕੁ ਸ਼ਾਏ ਸੀ ਅੰਦਰੋਂ, ਪਹੁੰਚੋ ਤੁਸੀਂ CMC ਪਹੁੰਚੋ, ਇੰਨਾ ਕੁ ਸ਼ਾਏ ਸੀ ਬੱਚਾ, ਬੋਲ ਹੀ ਨਹੀਂ ਪਾਇਆ ਆਪਣੇ ਦੁੱਖ, ਔਰ ਘਰੋਂ ਅੰਦਰੋਂ ਅੰਦਰੋਂ ਨਰਕ ਹੁੰਦਾ ਹੁੰਦਾ ਘਰ ਜਿਹੜਾ ਉਹ ਖਤਮ ਹੋ ਰਿਹਾ ਸੀ, ਅਰਦਾਸ ਕਰੋ ਇਹਨਾਂ ਪਰਿਵਾਰ ਵਾਸਤੇ, ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।